ਜਿਹੜਾ ਉੱਥੇ ਭਾਗ ਸਿੰਘ ਜਾਨੀ ਹੁੰਦਾ ਸੀਗਾ ਜੀ ਇਰਾਦੇਆਂ ਦਾ ਸੰਦਾ ਦੇ ਵਿੱਚ ਅੱਛਾ ਜੀ ਉਹ ਸਾਡੀ ਬਹੁਤ ਲਖਵਾਲੀ ਕਰਦਾ ਸੀ ਉਹ ਬਹੁਤ ਅੱਛਾ ਬੰਦਾ ਸੀ ਅੱਲਾ ਨੂੰ ਯਾਦ ਕਰਦਾ ਸੀ ਤੇ ਜਾਨੀ ਸਾਨੂੰ ਪਾਣੀ ਜਿਹੜਾ ਨਾ ਗਲਤ ਮਲਤ ਰੈਸਿਪੀ ਦਿੰਦਾ ਅੱਛਾ ਸਾਡੇ ਬਰਤਨਾਂ ਲੈਦਾ ਲਿਆਖਰੇ ਖਾਇਲ ਸੀ ਉਹ ਅੱਛਾ ਸਿੱਖਾਂ ਦਾ ਮੁੰਡਾ ਜਾਂ ਗੈਰ ਕੌਮ ਦਾ ਮੁੰਡਾ ਉਹਨਾਂ ਬਰਤਨ ਨੂੰ ਹੱਥ ਨਹੀਂ ਲਾ ਸਕਦਾ ਗਲਾਸਾਂ ਉੱਤੇ ਸਾਡੇ ਨਾਮ ਲਿਖੇ ਹੋਏ ਸੀ ਪੰਜਵੇਂ ਜੇ ਅਸੀਂ ਆ ਗਏ ਐਂਗਲੋ ਐਂਗਲੋ ਸੰਸਕ੍ਰਿਤ ਹਾਈ ਸਕੂਲ ਹੈ ਜਿਲੰਦਰ ਜਿਲੰਦਰ ਜਿਹੜਾ ਡੀਏਵੀ ਕਾਲਜ ਸੀ ਪੰਡਤ ਮੇਰ ਚੰਦ ਸੀ ਉਹਦਾ ਨਾਂ ਅੱਛਾ ਜੀ ਉਹਦਾ ਡੀਏਵੀ ਕਾਲਜ ਸੀ ਡੀਏਵੀ ਕਾਲਜ ਜਿਹੜਾ ਸੀ ਦੁਨੀਆ ਤੇ ਮਸ਼ਹੂਰ ਸੀ ਅੱਛਾ ਇਸ ਦੁਨੀਆ ਤੇ ਉਹ ਅਗਲੇ ਦਾ ਜਮਾਨੇ ਦੇ ਵਿੱਚ ਉਹ ਦੁਨੀਆ ਤੇ ਮਸ਼ਹੂਰ ਸੀ ਵਾਹ ਜੀ ਵਾਹ ਪੰਡਤ ਮੇਰ ਚੰਦ ਐਸਾ ਬੰਦਾ ਸੀ ਜੀ 100 ਸਾਲ ਤੋਂ ਉੱਤੇ ਉਮਰ ਸੀ ਉਹਦੀ ਹਾਂ ਜਦੋਂ ਅਸੀਂ ਦੇਖਿਆ ਅੱਛਾ ਜੀ ਐਡਾਡੇ ਬਾਅਦ ਸੀ ਉਹਦਾ ਜਨਮ ਤੇ ਅੱਛਾ ਬੰਦ ਮੇਚ ਚੱਲ ਨਾ ਪਤਾ ਮੱਗ ਗਿਆ ਹਾਂ ਹਾਂ ਬੰਦ ਮੇਚ ਚੱਲ ਚੜਾ ਗਿਆ ਹਾਂ ਛੋਟੀ ਹੱਥ ਵਿੱਚ ਫੜੀ ਹੋਈ ਸਾਈਕਲ ਦੇ ਮਗਰ ਬੈਠਾ ਚੱਲ ਗਿਆ ਜਾ ਕੇ ਦੇਖਿਆ ਕੱਲ ਕਦਾਜੋ ਫੌਜ ਨੂੰ ਉਹ ਲੈ ਗਿਆ ਫੌਜ ਨੂੰ ਦੋ ਦਿਨ ਹਾਈ ਕੋਰਟ ਚ ਆ ਗਿਆ ਅੱਛਾ ਲਾਹੌਰ ਲਾਹੌਰ ਹਾਈ ਕੋਰਟ ਵਿੱਚ ਆ ਕੇ ਲਖਾ ਕੇ ਲੈ ਕੇ ਗਿਆ ਬਰਤਾਨੀਆਂ ਦੀ ਫੌਜ ਆਉਂਦੀ ਸੜੀ ਤੋਂ ਪਾਸੇ ਹੋਵੇ ਮੇਰੇ ਲੜਕੇ ਘਰ ਜੀ ਆਉਂਦੇ ਪਾਸੇ ਰਹੋ ਵਾਹ ਜੀ ਵਾਹ ਵਾਹ ਜੀ ਇਹਨੇ ਨੀਅਤਾਂ ਤਾਕਤਾਂ ਸੀ ਉੱਥੇ ਬੜੀ ਗੱਲ ਉਥੇ ਪੁਲਿਸ ਖੜੀ ਸੀ ਇਹ ਰੇਲ ਖੜਾ ਸੀ ਹਾਂ ਕਾਲੇ ਮੁੰਡੇ ਚਲੇ ਗਏ ਹਾਂ ਕਾਲੇ ਮੁੰਡੇ ਜਾ ਕੇ ਉਥੇ ਨਾਰਾ ਲਾਇਆ ਡੀਐਸਪੀ ਕੁੱਤੇ ਦਾ ਵੀ ਇਹ ਜਲੰਧਰ ਦੀ ਗੱਲ ਕਰ ਰਹੇ ਹੋ ਜਲੰਧਰ ਜੀ ਆਰੀਆ ਸਕੂਲ ਦੇ ਵਿੱਚ ਜਦੋਂ ਤੁਸੀਂ ਹੁੰਦੇ ਸੀ ਹਾਂਜੀ ਇਹ ਇਹ ਤਹਿਸੀਲ ਦੀ ਗੱਲ ਕਰਦੇ ਜਦੋਂ ਤਹਿਸੀਲ ਦੇ ਵਿੱਚ ਇਹ ਮੁਕਾਬਲਾ ਹੋਇਆ ਸਾਡੇ ਨਾਲ ਅੱਛਾ ਜੀ ਬੀਸੀ ਦੀ ਕੋਠੀ ਆ ਸਾਹਮਣੇ ਮੁਕਾਬਲਾ ਹੋਇਆ ਅੱਛਾ ਜੀ ਉਥੇ ਉਥੇ ਬਲਾਇਆ ਦਾ ਨਾਰਾ ਵੇਦੀ ਐਸਪੀ ਕੁੱਤੇ ਦਾ ਵੀ ਹਾਂ ਤੋ ਲੋਗ ਆ ਨਾਲ ਗਿਆ ਇੰਸਪੈਕਟਰ ਸੇਖ ਉਹਨੇ ਪੁੱਛਿਆ ਉਹ ਕਹ ਲਗੇ ਹੁੰਦਾ ਉਹਨੇ ਕਹਿੰਨਾ ਲਾਠੀ ਚਾਰੀ ਕਰ ਦਿਓ ਬਾਬਾ ਜੀ ਹਾਂ ਜੀ ਤੁਹਾਡਾ ਪਿਛਲਾ ਪਿੰਡ ਕਿਹੜਾ ਸੀ ਸਲੇਮਪੁਰ ਸਲੇਮਪੁਰ ਮੁਸਲਮਾਨਾ ਮੁਸਲਮਾਨਾ ਜਦੋਂ ਦਾ 2 ਮਹੀਨੇ ਸਾਫਰਤੇ ਅੱਛਾ 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 ਬਾਬਾ ਜੀ ਆਪਣਾ ਪੂਰਾ ਨਾਂ ਕੀ ਹੈ ਜੀ ਸਰਦਾਰ ਰਾਜੀਵਲਦ ਹਾਜੀ ਹੁਕਮਦੀਨ ਕੌਮ ਜੱਟ ਕੌਮ ਆੜਕ ਜੱਟ ਆੜਕ ਜੱਟ ਨਹੀਂ ਆੜਕ ਜੱਟ ਆ ਅੱਛਾ ਵਾਜੀ ਵਾਜੀ ਵਾ ਤੇ ਪਿਛਲਾ ਪਿੰਡ ਸੀ ਸਲੇਮਪੁਰ ਹਾਂਜੀ ਜਲੰਧਰ ਲੱਗੇ ਹਾਂਜੀ ਆਸੇ ਪਾਸੇ ਦੇ ਪਿੰਡ ਕਿਹੜੇ ਸੀ ਆ ਤੇ ਬਾਸਾ ਸਾਡੇ ਇਲਾਕੇ ਮਸਨਾਸੀ ਸਿੱਖਾਂ ਦਾ ਪਿੰਡ ਅੱਛੇ ਜੀ ਮੁਸਲਮਾਨ ਪਿੰਡ ਸੀ ਛੋਟਾ ਜਿਹਾ ਫਾਜ਼ਿਲਪੁਰ ਅੱਛੇ ਜੀ ਚੱਕ ਜੰਦਾ ਸੀ ਰਾਂਝਾ ਦਾ ਪਿੰਡ ਹਾਂ ਹਾਂ ਰਾਂਝਾ ਦਾ ਪਿੰਡ ਜੀ ਹਾਂ ਇੱਕ ਸਾਈਪਰ ਸੀਗਾ ਜੰਦਾ ਨਾਲ ਹਰਬੰਦਾ ਏਰੀਆ 'ਚ ਅੱਛੇ ਜੀ ਹਰਬੰਦਾ ਏਰੀਆ ਦਾ ਨਹੀਂ ਉਹ ਕਮੇਟੀ ਦਾ ਏਰੀਆ ਸੀ ਹਾਂਜੀ ਕਮੇਟੀ ਦਾ ਏਰੀਆ ਸੀ ਕਮੇਟੀ ਦਾ ਏਰੀਆ ਸੀ ਉੱਥੇ ਸਾਈਪਰ ਸੀ ਜੀ ਠੀਕ ਹੈ ਉੱਥੇ ਉਹ ਲਾਲ ਅਲਾ ਨਾਰੀ ਸੀ ਜੀ ਲਾਹੌਰ ਨੂੰ ਸੜਕਾਂ ਰਹੀ ਸੀ ਜਿੱਦਿਓ ਚੱਲ ਕੇ ਅੱਛਾ ਜੀ ਲੈਂ ਨਾ ਦੇ ਜਿੱਦਿਓ ਚੱਲ ਕੇ ਲਾਹੌਰ ਨੂੰ ਹਾਂ ਜੀ ਹਾਂ ਜੀ ਹਾਂ ਡਬਲ ਲਾਈਨ ਠੀਕ ਹੈ ਇਹਦਾ ਤੇ ਬੜੀ ਸਾਨੂੰ ਮਾਣ ਸੀ ਕਿ ਬੜਾ ਅੱਛਾ ਸੀ ਇਹ ਨਾਲ ਵੱਡੀ ਲੈਨ ਦੇ ਉੱਤੇ ਪਿੰਡ ਸੀ ਵੱਡੀ ਲੈਨ ਤੋਂ ਅਸੀਂ ਤਕਰੀਬਨ ਸਾਡਾ ਰਕਬਾ ਜਿਹੜਾ ਵੱਡੀ ਨਾਲ ਦੇ ਨਾਲ ਲੱਗਦਾ ਸੀ ਅੱਛਾ ਅੱਛਾ ਅਸੀਂ ਜਿਵੇਂ ਕੋਠੇ ਦੇ ਆਪਣੇ ਮਕਾਨਾਂ ਦੇ ਸੁੱਤੇ ਹੁੰਦੇ ਸੀ ਤਾਂ ਸਾਨੂੰ ਗੱਡੀ ਜਾਂਦੀ ਜਿੱਦਿਹਾ ਲਾਈਟਾਂ ਦੇਦੀਆਂ ਸੀ ਅੱਛਾ ਸੱਚੀ ਦੀਦੀ ਹੁੰਦੀ ਸੀ ਸਾਨੂੰ ਵਾਹ ਜੀ ਵਾਹ ਵਾਹ ਜੀ ਵਾਹ ਤੇ ਸਨ 47 ਦੀ ਵੰਡ ਵਾਲੇ ਵੇਲੇ ਤੁਹਾਡੀ ਉਮਰ ਕਿੰਨੀ ਸੀ ਸਨ 47 ਦੇ ਉਮਰ ਵਾਲੇ ਜੰਨੇ ਇਹ ਮੈਂ 7ਵੇਂ ਚ ਪੜਦਾ ਸੀ ਹਮ ਆ ਰਿਹਾ ਸਕੂਲ ਅੱਛਾ ਜੀ ਆਰਿਆ ਸਕੂਲ ਸੀ ਅਸਲਾਮੀਆਂ ਸਕੂਲ ਸੀ ਮੈਂ ਤੁਹਾ ਅਰਦਾਸਾ ਹੁਣ ਤੁਸੀਂ ਇਹ ਬੀਜਿਅਮ ਦੇ ਵਿੱਚ ਸਾਰਾ ਪਾਓਗੇ ਤੁਹਾਨੂੰ ਪਤਾ ਲੱਗੇਗਾ ਠੀਕ ਹੈ ਮੈਂ ਤੁਹਾਨੂੰ ਅਰਸੋ ਤੁਰ ਕੇ ਨਾ ਤੋ ਬੇ ਤੇ ਲੈ ਜਾ ਅਰਸੋ ਤੁਰ ਕੇ ਜੇ ਤੇ ਲੈ ਜਾਣਾ ਤੁਹਾਨੂੰ ਵਾਜੀ ਵਾ ਵਾਜੀ ਵਾ ਅਸਲਾਮੀਆਂ ਹਾਈ ਸਕੂਲ ਸੀ ਸ਼ੇਖ ਅਬਦੁਲ ਹਕ ਦਾ ਹਾਂ ਜਿਸ ਵਿੱਚ ਸਲੇਮਪੁਰ ਦਾ ਚੌਧਰੀ ਹਮਦਿੰਦਰ ਹਡਵਾਸਟਰ ਅੱਛਾ ਐਮਬੀਬੀ ਹਾਈ ਸਕੂਲ ਦਾ ਚੌਧਰੀ ਉਹ ਬੰਦੇ ਹਡਵਾਸਟਰ ਸੀ ਅੱਛਾ ਜੀ ਇਹ ਸਾਡੇ ਪਿੰਡ ਦਾ ਸਲੀਮਪੁਰ ਦਾ ਸੈਂਪਲ ਦਾ ਠੀਕ ਹੈ ਉਹਨੇ ਬੜੀ ਜਗ੍ਹਾ ਦਾ ਨੁਕਰੀ ਕੀਤੀ ਸੀ ਇੱਥੇ ਜੁਨੀਵਰਸਿਟੀ ਵਿੱਚ ਵੀ ਭੜਾ ਕੇ ਗਿਆ ਸੀ ਲਾਹੌਰ ਜੁਨੀਵਰਸਿਟੀ ਵਿੱਚ ਅਖਬਾਰ ਜੁਨੀਵਰਸਿਟੀ ਵਿੱਚ ਵੀ ਭੜਾਉਂਦਾ ਰਿਹਾ ਪਿੰਡਵੰਦਰ ਭੜਾਉਂਦਾ ਜੁਨੀਵਰਸਿਟੀ ਵਿੱਚ ਬਹੁਤ ਚਿੰਮੜੀ ਕੀਤੀ ਮੁਰਿਆਂ ਦੀ اچھا ਗਰੀਬਾਂ ਦੇ ਬੱਚੇ ਜਿਹੜੇ ਮੁਸਲਮਾਨ ਹੁੰਦੇ ਸੀ ਉਹਨਾਂ ਨੂੰ ਕੋਲੋਂ ਪੈਸੇ ਦੇ ਕੇ ਭੜਾਉਂਦਾ ਵਾਹ ਜੀ ਵਾਹ ਵਾਹ ਜੀ ਵਾਹ ਜੇ ਸਰੇ ਕੋਈ ਵਕਤ ਆਉਣਾ ਉਹਨਾਂ ਮੁਰਿਆਂ ਸਾਧਣੇ ਕੱਢ ਆ ਜਾਓ ਫੇ ਖੇਲਾ ਸਿਕਾਉਣੀਆ ਫੇ ਕੰਮ ਸਿਕਾਉਣਾ ਫੇ ਦੱਸਣਾ ਸਾਨੂੰ ਪੜਾਉਣਾ ਸਾਨੂੰ ਦੱਸਣਾ ਵੀ ਇਹ ਇਸ ਤਰੀਕੇ ਨਾਲ ਅਸਰ ਦਾ ਪੇਸ਼ ਹੋ ਜਾ ਇਸ ਤਰੀਕੇ ਨਾਲ ਮਹਾਂਬਾਬ ਜੀ ਕਦਰ ਕਰੀ ਜੀ ਵਾਹ ਜੀ ਵਾਹ ਵਾਹ ਜੀ ਵਾਹ ਬਾਬਾ ਜੀ ਇਹ ਦੱਸੋ ਇਹ ਜਿਹੜਾ ਸਲੇਮਪੁਰ ਪਿੰਡ ਸੀ ਹਾਂ ਜੀ ਇਹਦੇ ਵਿੱਚ ਜੱਟਾਂ ਤੋਂ ਇਲਾਵਾ ਕਿਹੜੀ ਕਿਹੜੀ ਬਰਾਦਰੀ ਬੈਠੀ ਸੀ ਉੱਥੇ ਥੋੜੇ ਜਿਹਾ ਅਸ਼ੂਤ ਕੌਮ ਨੂੰ ਜਾਣਦੇ ਹੋ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਅਸੂ ਜਿਹੜਾ ਸੀ ਚਮਾਲ ਸੀ ਜੀ ਉਹ ਜੀ ਜੀ ਠੀਕ ਹੈ ਥੋੜਾ ਜਿਹਾ ਉਹ ਕਰ ਸੀ ਜਿਹੋ ਰੱਖੇ ਸੀਗੇ ਇਸ ਵਾਸਤੇ ਕਿਉਂ ਸਾਡੇ ਜਿਹੜੀ ਸਿਹਣਾ ਜੀ ਕਾਰੋਬਾਰ ਜੀ ਮੀਨਦਾ ਸਾਡੇ ਨਾਲੋ ਜ਼ਿੰਮੇਵਾਰ ਕਰਾਉਂਦੇ ਸੀ ਪੀ ਹੁੰਦੀ ਸੀ ਉਹਨਾਂ ਨੂੰ ਅਸਧਾਨੇ ਦਿੰਦੇ ਸੀ ਫਸਲ ਦਿੰਦੇ ਸੀ ਹਰ ਫਸਲ ਜੋ ਹਸਾਨਾ ਦਿੰਦੇ ਦਿੰਦੇ ਸੀ ਤਾਂ ਕਿ ਉਹ ਵੀ ਖਾਂਦੇ ਰਹਿੰਦੇ ਸੀ ਖਾਂਦੇ ਬਾਕੀ ਉਹ ਸੂਤਰ ਦਾ ਕਪੜਾ ਬੁੰਨਦੇ ਖਦਰ ਬੁੰਨਦੇ ਸੀ ਉਹ ਜ਼ਿੰਮੇਵਾਰਾਂ ਦੇ ਅਮਦਾਦੀ ਹੁੰਦੇ ਸੀ ਹਾਂਜੀ ਮੈਦਾਨ ਦੇ ਅਮਦਾਦੀ ਸੀ ਉਹ ਖੱਦਰ ਬੁਣਦੇ ਹੁੰਦੇ ਸੀ ਖੱਦਰ ਬੁਣਦੇ ਸੀ ਸੀਆਂ ਬੁਣਦੇ ਨਹੀਂ ਆ ਲੋਈਆਂ ਬੁਣਦੇ ਨਹੀਂ ਆ ਜੋ ਕੁਝ ਵੀ ਕਹਿਣਾ ਹੁੰਦਾ ਨੇ ਉਹ ਬਣਾ ਕੇ ਦੇਦੇ ਠੀਕ ਹੈ ਠੀਕ ਹੈ ਉਹ ਆਪੋ ਆਪਣੇ ਸਿਰ ਤੇ ਵਾਲੇ ਬਣਾਉਂਦੇ ਹੁੰਦੇ ਸੀ ਹੂੰ ਉਹਦੇ ਕੋਲੋਂ ਫਿਰ ਲੈ ਲੈਣਾ ਉਹਨਾਂ ਨੇ ਬਿਲਕੁਲ ਠੀਕ ਹੈ ਹਾਂਜੀ ਤੇ ਬਾਬਾ ਜੀ ਮੁਸਲਮਾਨਾਂ ਦੀਆਂ ਕਿਹੜੀ ਕਿਹੜੀ ਬਰਾਦਰੀਆਂ ਸੀ ਮੁਸਲਮਾਨਾਂ ਦੀ ਹਾਂ ਮੁਸਲਮਾਨ ਦੇ ਕੋਈ ਜੱਟਾਂ ਦੀ ਬਾਦੀ ਸੀ ਇਹ ਬਾ ਜੱਟ ਹੀ ਸਨ ਜੱਟ ਹੀ ਸੀ ਪੂਰਾ ਕੋਰਾ ਸਲੇਮਪੁਰ ਜੱਟਾਂ ਦਾ ਸੀ ਪੂਰਾ ਜੱਟਾਂ ਦਾ ਸਲੇਮਪੁਰ ਸੀ ਅੱਛਾ ਹਾਂਜੀ ਸਹੀ 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 ਤੇ ਆਸੇ ਪਾਸੇ ਜਿਹੜੇ ਵਿਚ ਥੋੜਾ ਜਿਹਾ ਹਿੱਸਾ ਜਿਹੜਾ ਸੀ ਨਾ ਜੀ 5000 ਰੁਪਏ ਹੂੰ ਉਹ ਸਿੱਧੂ ਸੀ ਸਿੱਧੂ ਸਿੱਧੂ ਕਹਾਉਂਦੇ ਸੀ ਜੀ ਸਿੱਧੂ ਜੱਟ ਸਿੱਧੂ ਜੱਟ ਉਹ ਜਿਹੜਾ ਲਾਬਾਤ ਹੋ ਗਾਇਆ ਸੀ ਜੀ ਅੱਛਾ ਅੱਛਾ ਉਹਨਾਂ ਦੇ ਉੱਥੇ ਮਲਕੀਤ ਨੇ ਸੀ ਜਲਾਲਾਬਾਤ ਹੋ ਗਾਇਆ ਸੀ ਤੇ ਸਾਡੇ ਜਿਹੜੇ ਜੱਟ ਸੀ ਨਾ ਜੀ ਉਹਨਾਂ ਨੇ ਫੇਰ ਬਰਾਦਰੀ ਸਮਝ ਕੇ ਉਹਨਾਂ ਦੀ ਜ਼ਮੀਨ ਥੋੜੀ ਹਟਾ ਦਿੱਤੀ ਬੜੀ ਗੱਲ ਹੈ ਬਾਬਾ ਜੀ ਨੰਬਰਦਾਰੀਆਂ ਕਿੰਨੀਆਂ ਸੀ ਸਲੇਮਪੁਰ ਦੀਆਂ ਦੋ ਜੀ ਕਿਹੜੇ ਕਿਹੜੇ ਨੰਬਰਦਾਰ ਸੀ ਇੱਕ ਅਬਦਲ ਜੀ ਹਾਂਜੀ ਹਾਂਜੀ ਅਬਲੇ ਜੀ ਨੰਬਰਦਾਰ ਠੀਕ ਹੈ ਜੀ ਇੱਕ ਸੀਗਾ ਤਫੇਲ ਨੰਬਰਦਾਰ ਤਫੇਲ ਨੰਬਰਦਾਰ ਇਹ ਦੋ ਨੰਬਰਦਾਰ ਸੀ ਦੋ ਨੰਬਰਦਾਰ ਸੀ ਜੀ ਦੋਵੇਂ ਜੱਟ ਸੀਗੇ ਜੱਟ ਸੀਗੇ ਅੱਛਾ ਆਸੇ ਪਾਸੇ ਜਿਹੜੇ ਪਿੰਡ ਸੀ ਇਹ ਸਾਰੇ ਮੁਸਲਮਾਨਾਂ ਦੇ ਪਿੰਡ ਸੀ ਜਾਂ ਸਿੱਖਾਂ ਦੇ ਵੀ ਪਿੰਡ ਹੈ ਸੀ ਸਿੱਖਾਂ ਦਾ ਪਿੰਡ ਜਿਹੜਾ ਅਦਾਬੇ ਮਸੰਦਾ ਸੀ ਜੀ ਹਾਂਜੀ ਸਾਡੇ ਨਾਲ ਸੂਰਾ ਨੋਟਿਸ ਸਟੇਸ਼ਨ ਸੀ ਜੇ ਗੱਡੀ ਦਿੱਤੇ ਠੀਕ ਹੈ ਜੀ ਉੱਥੇ ਸਿਰਿਆ ਸਿੱਖਾਂ ਦਾ ਪਿੰਡ ਅੱਛਾ ਜੀ ਉਹ ਸਿੱਖਾਂ ਦਾ ਪਿੰਡ ਸੀ ਜੀ ਠੀਕ ਹੈ ਉਹ ਉਹ ਸਾਡੇ ਦਵਾਵੋ ਵਿੱਚ ਸੀ ਜੀ ਅਸੀਂ ਉਹਨਾਂ ਜਦੋਂ ਮਾੜੀ ਦਿਲ ਕਰਦਾ ਮਾਰ ਲੈਂਦਾ ਸੀ ਅੱਛਾ ਹਾਂਜੀ ਸਾਡੇ ਵਿੱਚ ਜਾਂਦੀ ਇੰਨੀ ਸਾਡੇ ਪਿੰਡ ਦੇ ਵਿੱਚ ਤਾਂ ਗੱਸੀ ਸਹੀ 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 ਉਹ ਜੱਟਾਂ ਵਾਲੀ ਜਿਸਲੇ ਲਹਿਰ ਆ ਜਾਂਦੀ ਸੀ ਵੀ ਲੜ ਪਈ ਦੇ ਉਹ ਹੱਬਲੇ ਨਾ ਉਹ ਤਾਂ ਆਪਣੇ ਵਿੱਚ ਰਹਿੰਦੇ ਅੱਛਾ ਪਾਸਾ ਜਿਹਾ ਸਾਡੇ ਸਾਡੀ ਮਸਲ ਜਿਸੀ ਬਾੜ ਸਾਡੀ ਨਹੀਂ 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 ਬਾੜਦੇ ਸਾਡੇ ਜੋ ਜੀ ਨਹੀਂ ਕਰਦੇ ਬਿਲਕੁਲ ਠੀਕ ਹੈ ਬਾਬਾ ਜੀ ਇਹ ਦੱਸਿਓ ਪਿੰਡ ਵਿੱਚ ਸਕੂਲ ਹੈ ਸੀ ਤੁਹਾਡੇ ਸਲੇਮਪੁਰ ਚ ਫੇਰ ਸਕੂਲ ਨਸੀ ਸਿਆਸੀ ਹਦਾਂ ਸੰਦਾ ਜਾਂਦੇ ਸੀ ਤਿੰਨ ਮੀਲ ਲੱਕ ਜਾ ਕੇ ਸਫਰ ਕਰਕੇ ਸਕੂਲ ਤੇ ਜਾਂਦੇ ਸੀ ਉਹਦਾ ਸਕੂਲ ਦਾ ਕੋਈ ਕੋਈ ਐਡਾ ਨਹੀਂ ਸੀ ਕੋਈ ਨਹੀਂ ਸੀ ਪਰ ਬੜੀ ਬੜੀ ਗੱਲ ਹੈ ਕਿ ਤੁਸੀਂ ਸਤਵੀਂ ਜਮਾਤ ਤੱਕ ਪੜ ਗਏ ਉੱਥੇ ਹਾਂਜੀ ਹੈ ਹਾਂਜੀ ਇਹ ਕਿੰਨੂ ਸ਼ੌਕ ਸੀ ਘਰ ਵਿੱਚ ਕਿ ਤੁਹਾਨੂੰ ਪੜਾਈ ਤੇ ਲਾਇਆ ਸੀ ਹਾਂਜੀ ਤੁਹਾਨੂੰ ਕਿੰਨੇ ਪੜਾਈ ਤੇ ਲਾਇਆ ਸੀ ਘਰ ਵਿੱਚ ਮੇਰੇ ਭਾਈ ਨੇ ਅੱਛਾ ਜੀ ਹਾਂਜੀ ਹਾਂ ਬੜੀ ਗੱਲ ਹੈ ਤੇ ਬਾਬਾ ਜੀ ਇਹ ਦੱਸੋ ਇਹ ਜਿੱਥੇ ਤੁਸੀਂ ਪੜਦੇ ਸੀ ਉਹ ਆਰੀਆ ਸਕੂਲ ਸੀ ਸਿੱਖਾਂ ਦਾ ਸਕੂਲ ਸੀ ਆਰੀਆ ਸਕੂਲ ਸੀ ਬਰਤਾਨੀਆਂ ਦਾ ਜਮਾਨਾ ਸੀ ਹਮ ਬਰਤਾਨੀਆਂ ਜਾਂਦੇ ਵਿੱਚ ਪਤਾ ਜੇ ਤੁਹਾਨੂੰ ਕਿਹੜਾ ਸਕੂਲ ਸੀ ਹਮ ਹਮ ਜਿਹੜਾ ਜਲੰਧਰ ਸ਼ਹਿਰ ਦੇ ਵਿੱਚ ਸੀ ਜੀ ਦੋ ਕਾਲਜ ਹਮ ਠੀਕ ਹੈ ਕਿਹੜੇ ਕਿਹੜੇ ਕਾਲਜ ਸੀ ਇੱਕ ਇਸਲਾਮੀਆਂ ਕਾਲਜ ਚੌਧਰੀ ਅਬਦੁੱਲ ਰਖ ਦਾ ਹਮ ਇਸਲਾਮੀਆਂ ਕਾਲਜ ਠੀਕ ਹੈ ਇੱਕ ਸੀਗਾ ਜੀ ਦਵਾਬਾ ਕਾਲਜ ਅੱਛਾ ਜੀ ਬਹੁਤ ਹੀ ਦਵਾਦਾ ਠੀਕ ਹੈ ਇਹ ਆਰੀਆ ਸਕੂਲ ਵਿੱਚ ਜਿੱਥੇ ਤੁਸੀਂ ਪੜ੍ਹਦੇ ਸੀ ਆਰੀਆ ਸਕੂਲ ਵਿੱਚ ਹਿੰਦੀ ਪੜ੍ਹਾਉਂਦੇ ਸੀ ਹਾਂ ਗੁਰੂਕੀ ਬਿੜਾਉਂਦੇ ਸੀ ਅੱਛਾ ਜੀ ਹਾਂ ਜੀ ਆੜਾ ਈੜੀ ਊੜਾ ਸਸਾ ਨੰਨਾ ਪਕਾ ਐੜਾ ਊੜਾ ਹਾ ਹਾ ਸਸਾ ਗੰਗਾ ਮਮਾ ਅੱਛਾ ਤੁਹਾਨੂੰ ਫਾਰਸੀ ਬਿੜਾਉਂਦਾ ਸੀ ਮੌਲਵੀ ਹਾਂ ਸਾਡੇ ਦੇ ਫਾਰਸੀ ਰੱਖਿਆ ਸੀਗਾ ਹਿੰਦੀ ਪੜ੍ਹਾਉਂਦੇ ਸੀ ਸਾਡੇ ਜਮਾਤਾਂ ਦੇ ਵਿੱਚ ਨਾ ਜੀ ਇੱਕ ਮੌਲਵੀ ਰੱਖਿਆ ਸੀਗਾ ਉਹ ਫਾਰਸੀ ਪੜ੍ਹਾਉਂਦਾ ਸੀ ਅੱਛਾ ਜੀ ਸਤਿਮਿ ਜੀ ਤੁਰ ਕੇ ਤਾਂ 10 ਮਿੰਟ ਤੱਕ ਉਹ ਫਾਰਸੀਆ ਫਾਰਸੀਆ ਬੇੜੇ ਦੇ ਦੰਦਾ ਸੀ ਵਾਹ ਜੀ ਵਾਹ ਵਾਹ ਜੀ ਵਾਹ ਤੇ ਬਾਬਾ ਜੀ ਇਹ ਦੱਸੋ ਨਾਲ ਤੁਹਾਡੇ ਹਮ ਜਮਾਤੀ ਸਿੱਖਾਂ ਦੇ ਮੁੰਡੇ ਵੀ ਹੈ ਸੀ ਤੇ ਖਾਲੇ ਮੁੰਡੇ ਇਕੱਠੇ ਵੱਢਦੇ ਰਹੇ ਕੋਈ ਜਮਾਤੀ ਯਾਦ ਨੇ ਤੁਹਾਨੂੰ ਜਿਹੜੇ ਬੇਲੀ ਵੀ ਹੋਣ ਹੁਣ ਕੋਈ ਖਾਸ ਯਾਦ ਨਹੀਂ ਇੱਕ ਚੀਜ਼ ਜ਼ਿਆਦਾ ਹਾਂ ਜਿਹੜਾ ਉੱਥੇ ਭਾਗ ਸਿੰਘ ਜਾਨੀ ਹੁੰਦਾ ਸੀਗਾ ਜਿਹੜਾ ਬਿਆਨ ਸੁਣਦਾ ਦੇ ਵਿੱਚ ਅੱਛਾ ਜੀ ਉਹ ਸਾਡੀ ਬਹੁਤ ਲਖਵਾਲੀ ਕਰਦਾ ਸੀ ਉਹ ਬਹੁਤ ਅੱਛਾ ਬੰਦਾ ਸੀ ਅਦਾਨੀ ਯਾਦ ਕਰਦਾ ਸੀ ਤੇ ਜਾਨੀ ਸਾਨੂੰ ਪਾਣੀ ਜਿਹੜਾ ਨਾ ਗਲਤ ਮਲਤ ਰੈਸਿਪੀ ਇਹ ਦਿੰਦਾ ਅੱਛਾ ਸਾਡੇ ਬਰਤਨਾਂ ਲੈਦਾ ਲਿਆਖੇ ਦੇ ਖਾਇਲ ਸੀ ਹੋਣ ਅੱਛਾ ਸਿੱਖਾਂ ਦਾ ਮੁੰਡਾ ਜਾਂ ਗੈਰ ਕੌਮ ਦਾ ਮੁੰਡਾ ਉਹਨਾਂ ਬਰਤਨ ਨੂੰ ਹੱਥ ਨਹੀਂ ਲਾ ਸਕਦਾ ਹੈ ਗਲਾਸਾਂ ਉੱਤੇ ਸਾਡੇ ਨਾਮ ਲਿਖੇ ਹੋਏ ਸੀ ਵਾਹ ਜੀ ਵਾਹ ਸਵੇਰ ਨੂੰ ਜਿਹੜਾ ਚੀਜ਼ ਰੱਖਿਆ ਸੀ ਉਹ ਚੀਜ਼ ਨੇ ਹੱਥ ਆਪਣੇ ਪਾਕ ਸਾਫ ਕਰਕੇ ਉਹ ਬਰਤਨ ਪਾਣੀ ਦੇ ਭਰ ਕੇ ਜਾਣਾ ਵਾਹ ਜੀ ਵਾਹ 12 ਵਜੇ ਫਿਰ ਆਉਣਾ ਆ ਕੇ ਦੇਖਣਾ ਪਾਣੀ ਘਟ ਗਿਆ ਤਾਂ ਫਿਰ ਪਾਵਾਂ ਅੱਛਾ ਜੀ ਵਾਹ ਜੀ ਵਾਹ ਹਾਂਜੀ ਅੱਛਾ ਇਹ ਜਿੱਥੇ ਤੁਸੀਂ ਪਹਿਲੇ ਸਕੂਲੇ ਜਾਂਦੇ ਸੀ ਉਸ ਪਿੰਡ ਦੀ ਗੱਲ ਐ ਇਹ ਉਸ ਪਿੰਡ ਦੀ ਰਾਵਾਂ ਸੰਧਾ ਦੀ ਗੱਲ ਐ ਜੀ ਅੱਛਾ ਫਿਰ ਤੁਸੀਂ ਆਰੀਆ ਸਕੂਲ ਜਾਣ ਲੱਗ ਪਏ ਫਿਰ ਉੱਥੋਂ ਜੀ ਚੌਥੀ ਚੰਨ ਤੋਂ ਗਏ ਜੀ ਉੱਥੇ ਹਾਂ ਪੰਜਵੇਂ ਜਦ ਅਸੀਂ ਆ ਗਏ ਐਂਗਲੋ ਐਂਗਲੋ ਸੰਸਕ੍ਰਿਤ ਹਾਈ ਸਕੂਲ ਹੈ ਜਿਲੰਦਰ ਜਿਲੰਦਰ ਜਿਹਦਾ ਡੀਏਵੀ ਕਾਲਜ ਸੀ ਪੰਦਰ ਮੇਰ ਚਾਂਸੀ ਉਹਦਾ ਨਾਂ ਅੱਛਾ ਜੀ ਉਹਦਾ ਡੀਏਵੀ ਕਾਲਜ ਸੀ ਡੀਏਵੀ ਕਾਲਜ ਜਿਹੜਾ ਸੀ ਦੁਨੀਆ ਤੇ ਮਸ਼ਹੂਰ ਸੀ ਅੱਛਾ ਇਸ ਦੁਨੀਆ ਦੇ ਤੇ ਅਗਲੇ ਦਿਨ ਜਵਾਨ ਦੇ ਵਿੱਚ ਉਹ ਦੁਨੀਆ ਦਾ ਮਸ਼ਹੂਰ ਸੀ ਵਾਹ ਜੀ ਵਾਹ ਮੰਦਰ ਮੈਂ ਚੰਦਾ ਐਸਾ ਬੰਦਾ ਸੀ ਜੀ 100 ਸਾਲ ਤੋਂ ਉੱਤੇ ਉਮਰ ਸੀ ਉਹਦੀ ਹਾਂ ਜਦੋਂ ਅਸੀਂ ਦੇਖਿਆ ਅੱਛਾ ਜੀ ਐਡਾਡੇ ਬਾਅਦ ਸੀ ਉਹਦੇ ਜਿਸਮ ਤੇ ਅੱਛਾ 14 ਮਹੀ ਤੱਕ ਹੂੰ 14ਵੀਂ ਤੱਕ 10ਵੀਂ ਤੋਂ ਲੈ ਕੇ ਹੂੰ 10ਵੀਂ ਦੇ ਕਲਾਸਾਂ ਨੂੰ ਹਡਮਾਸਟਰ ਟੈਂਡ ਅਟੈਂਡ ਕਰਦਾ ਸੀ ਅੰਗਰੇਜ਼ੀ ਦਾ ਅੱਛਾ ਤਾਂ ਉਹਨੇ ਕਾਲਜ ਜਾਣਾ ਦੋ ਪੀੜਾ ਲੈਣੇ ਹਾਂ ਬਾਅਦ ਮੀ ਦਾ ਤਾ ਗਰਮੀ ਦਾ ਉਹਨਾਂ ਮੁੜਿਆਂ ਨੂੰ ਬੁਲਾਉਣਾ ਬਗੈਰ ਖਰਾਬ ਤਾਂ ਸਭ ਸਭ ਕਹਿੰਦੇ ਅੱਜ ਕਿਹੜਾ ਬੰਦਣਾ ਸਭਕ ਹੂੰ ਅੱਜ 10 ਵਾ ਲੈਸ ਨਾ ਜੀ ਹੂੰ 5 ਮਿੰਟਾਂ ਖਾ ਬੰਦ ਕਹਿੰਦੇ 5 ਮਿੰਟਾਂ ਦੇ ਬਾਅਦ ਤੋਂ ਸ਼ੁਰੂ ਕਰ ਦੇਣਾ ਵਾਹ ਜੀ ਵਾ ਦਨ ਜਸਰਾਏ ਤੇ ਕੁਰਾਨ ਦੇ ਹਾਫੇ ਜਾਂ ਨਾ ਜੀ ਉਹ ਇਸ ਤਰ੍ਹਾਂ ਹੀ ਰਹਿੰਦਾ ਹਾਫੇ ਸੀ ਅੰਗਰੇਜ਼ੀ ਦਾ ਹਾਫੇ ਸੀ ਬੜੇ ਅਫੀਕਰ ਉਹ ਏਦਾਂ ਸੀ ਬਰਤਾਨੀਆਂ ਦੀ ਫੌਜ ਆ ਰਹੀ ਹੈ ਜਾਂ ਕਾਰਜ ਦੇ ਲੜਕੇ ਆ ਰਹੇ ਆ ਅੱਛੇ ਜੀ अच्छा जी ਤੁਸੀਂ ਬੋਲੋ ਬੋਲੋ ਬਰਤਾਨੀਆਂ ਜੋ ਬਰਤਾਨੀਆਂ ਦੀ ਫੌਜ ਆ ਰਹੀ ਆ ਹਾਂ ਜਲੰਧਰ ਸ਼ੌਣੀ ਜਾ ਰਹੀ ਸੀ ਠੀਕ ਹੈ ਕਾਲਜ ਦੇ ਲੜਕੇ ਆ ਰਹਾ ਸੀ ਹਾਂ 20 25 ਹਾਂ ਸਾਈਕਲਾ ਦੇ ਦੋ ਸਾਈਕਲਾ ਤਵਾਰੇ ਸੁਣਦੇ ਸੀ ਬਿਲਕੁਲ ਬਿਲਕੁਲ ਅਥਾ ਸਾਈਕਲ ਵੀ ਲਾਈਨ ਤੇ ਆ ਰਹਾ ਆ ਹਾਂ ਉਹ ਆਉਂਦੇ ਉੱਥੇ ਇੱਕ ਸਪਾਹੀ ਦਾ ਰਗੜਬੜ ਹੋ ਗਈ ਅੱਛਾ ਲੜਾਈ ਸ਼ੁਰੂ ਹੋ ਗਈ ਹਾਂ ਹਾਂ ਲੜਾਈ ਸ਼ੁਰੂ ਹੋ ਗਈ ਜਿਵੇਂ ਦਾ ਨਾ ਇਹਨੇ ਕਾਲਜ ਦਾ ਟਿਕਾ ਸਹੀ ਇਹਨਾਂ ਨੇ ਅਖੀਰ ਜਿਹੜਾ ਉਹਦਾ ਕੈਪਟਨ ਸੀ ਨਾ ਉਹਨੂੰ ਫੌਜ ਰੋਖ ਲਿਆ ਉਹਨਕੇ ਹਟ ਜਾ ਪਾਥੇ ਤੇ ਬੱਚੇ ਆ ਅੱਛਾ ਜੀ ਜਦ ਰੋਖ ਲਿਆ ਫੌਜ ਪਾਥੇ ਹੋ ਗਿਆ ਹਮ ਬੰਦ ਮੇਚਨ ਪਤਾ ਲੱਗ ਗਿਆ ਆਹਾਂ ਬੰਦ ਮੇਚਨ ਚੱਰਾ ਗਿਆ ਹਾਂ ਛੋਟੀ ਹੱਥ ਵਿੱਚ ਫੜੀ ਹੋਈ ਸਾਈਕਲ ਦੇ ਮਗਰ ਬੈਠਾ ਚੱਰਾ ਗਿਆ ਜਾ ਕੇ ਦੇਖਿਆ ਕੱਲ ਕੱਢ ਜਾ ਫੌਜ ਨੂੰ ਇਹ ਉਹ ਲੈ ਗਿਆ ਫੌਜ ਨੂੰ ਦੋ ਦਿਨ ਹਾਈ ਕੋਰਟ ਚ ਆ ਗਿਆ ਅੱਛਾ ਲਾਹੌਰ ਲਾਹੌਰ ਹਾਈ ਕੋਰਟ ਤੇ ਬਚਾ ਕੇ ਲਖਾ ਕੇ ਲੈ ਕੇ ਗਿਆ ਬਰਤਾਨੀਆਂ ਦੀ ਫੌਜ ਆਉਂਦੀ ਸਾਡੇ ਕੋ ਪਾਸੇ ਹੋਵੇ ਮੇਰੇ ਲੜਕੇ ਕਾਲਜ ਨੂੰ ਆਉਂਦੇ ਪਾਸੇ ਰਹਉਣ ਵਾਹ ਜੀ ਵਾਹ ਵਾਹ ਜੀ ਵਾਹ ਇਹ ਨਹੀਂ ਤਾਕਤਾਂ ਸੀ ਉੱਥੇ ਬੜੀ ਗੱਲ ਹੈ ਬੜੀ ਗੱਲ ਹੈ ਉਹ ਦਿਖਾਇਆ ਸਾਡੇ ਸਾਹਮਣੇ ਲੁਆਇਆ ਵਾਹ ਜੀ ਵਾਹ ਜਦੋਂ ਫੌਜ ਆਉਂਦੀ ਉਹਨੇ ਗੱਡੀਆਂ ਨਾਲ ਪਾਸੇ ਕਰਾਉਂਦੀ ਮੁੰਡੇ ਸਕੂਲ ਦੇ ਆਉਂਦੇ ਟਾਈਮ ਨਾਲ ਉਸ ਟਾਈਮ ਨਾਲ ਫੌਜ ਆਉਂਦੀ ਨਹੀਂ ਸੀ ਸਵੇਰ ਦੇ 7 ਵਜੇ ਸਕੂਲ ਦਾ ਟਾਈਮ ਨਾਲ 1 ਵਜੇ ਸਕੂਲ ਦੇ ਟਾਈਮ ਨਾਲ ਨਹੀਂ ਆਉਂਦੀ ਫੌਜ ਅੱਛਾ ਬਰਤਾਨੀਆਂ ਦੀ ਫੌਜ ਵੀ ਰਾਹ ਛੱਡ ਗਈ ਫੌਜ ਵੀ ਫੌਜ ਦਾ ਬਰਤਾਨੀ ਫੌਜ ਦਾ ਰਾਹ ਲੈ ਲਿਆ ਸੀ ਜੀ ਵਾਹ ਜੀ ਵਾਹ ਬੜੀ ਗੱਲ ਹੈ ਉਹਨਾਂ ਨੇ ਕਿਹਾ ਛੱਡ ਦਿਓ ਰਾਹ ਬੜੀ ਗੱਲ ਹੈ ਬੜੀ ਗੱਲ ਹੈ ਤੇ ਬੰਬਾ ਜੀ ਤੁਹਾਡੇ ਕੋਈ ਉੱਥੇ ਉਸਤਾਦ ਤੁਹਾਨੂੰ ਯਾਦ ਹੋਣ ਆ ਰਹੀਆ ਸਕੂਲ ਦੇ ਉਸਤਾਦ ਜਿਹੜੇ ਸਿੱਖ ਸਿਖਿਆ ਜੀ ਹਮ ਕਿਹੜੇ ਇੰਦਰ ਸਿੰਘ ਸਿੱਖ ਦਾ ਨਾਂ ਹਾਂ ਇੱਕ ਦਾ ਜਗਿੰਦਰ ਸਿੰਘ ਸੀ ਦੋਨੇ ਉਸਤਾਦ ਦੇਖੇ ਸੀ ਇਹ ਕਿਹੜੇ ਪਿੰਡ ਦੇ ਸੀ ਸੇਹ ਅੰਦਰ ਦਾ ਦੇ ਅੱਛਾ ਦਦਰ ਦੇ ਸਿੱਖ ਜੀ ਠੀਕ ਹੈ ਠੀਕ ਤੁਸੀਂ ਸੁਦਰਸ਼ਨ ਨਾਲ ਲਿਦਰਾ ਚੱਕ ਸੀ ਤੇ ਜਿਹੜਾ ਪਿੰਡ ਸੀ ਹਸਪਤਲ ਦੇ ਸੀ ਹੂੰ ਪੜ੍ਹਾਈ ਦੇ ਦੌਰਾਨ ਮੁੰਡੇ ਸਿੱਖਾਂ ਦੇ ਹਿੰਦੂਆਂ ਦੇ ਮੁਸਲਮਾਨਾਂ ਦੇ ਇਕੱਠੇ ਪੜ੍ਹਦੇ ਸੀ ਇਕੱਠੇ ਪੜ੍ਹਦੇ ਸੀ ਕੋਈ ਆਪਸ ਵਿੱਚ ਲੈ ਦੇ ਤਾਂ ਨਹੀਂ ਸੀ ਕੋਈ ਨਹੀਂ ਲੈ ਦੇ ਨਹੀਂ ਜਾਂਦਾ ਜੇ ਹੁੰਦਾ ਸਕਦਾ ਪੰਡਾ ਮੇਰ ਚੰ ਜਿਹੜਾ ਸਕਦਾ ਚੜ ਜਾਂਦਾ ਸੀ ਜਿਹੜਾ ਸਿੱਖ ਦੀ ਗਲਤੀ ਹੁੰਦੀ ਸੀ ਉਹਨੂੰ ਕੱਢ ਦਿੰਦਾ ਸਕੂਲ ਕਹਿੰਦਾ ਚਲ ਗੱਟ ਫਰੋਮ ਯੂ ਚਲੋ ਨਿਕਲ ਜਾਓ ਮੇਰੇ ਸਕੂਲ ਤੋਂ ਮੈਂ ਨਹੀਂ ਆਉਣ ਦੇਣਾ ਅੱਛਾ ਹਾਂਜੀ ਉਹਨੇ ਬਰਾਬਰੀ ਰੱਖੀ ਸੀ ਬਿਲਕੁਲ ਹਾਂਜੀ ਕਿਸੇ ਨਾਲ ਵਾਦਾ ਨਹੀਂ ਹੋਣ ਦਿੰਦਾ ਸੀ ਹਾਂਜੀ ਫਿਰ ਇਲੈਕਸ਼ਨ ਸ਼ੁਰੂ ਹੋ ਗਿਆ ਜੀ ਅੱਛਾ ਬਾਬਾ ਜੀ ਇਹ ਦੱਸੋ ਆਪਾਂ ਉਧਰ ਆਨੇ ਆ ਉਸ ਪਾਸੇ ਸਿੱਖਾਂ ਤੇ ਮੁਸਲਮਾਨਾਂ ਦੇ ਆਪਸੀ ਤਾਲੁਕਾਤ ਵੈਸੇ ਠੀਕ ਸੀ ਦੁੱਖ ਸੁੱਖ ਚ ਸ਼ਾਦੀ ਗਮੀ ਸੀ ਹਾਂ ਪਹਿਲੇ ਠੀਕ ਸੀ ਹਾਂ ਇਹ ਸੀ ਉਲਟੀ ਕਾਮ ਹੂੰ ਇਹ ਮੁੱਦੇ ਇਹਨਾਂ ਦੇ ਸਿਰੇ ਦੇ ਗੁੱਟੀਆਂ ਸੀ ਇਹ ਦਿਮਾਗ ਕੰਮ ਨਹੀਂ ਸੀ ਕਰਦਾ ਹੂੰ ਜਦੋਂ ਇਹਨਾਂ ਦੇ ਕੋਲ ਅਸਲਾ ਵਗੈਰਾ ਹੈ ਨਹੀਂ ਸੀ ਹੂੰ ਉਹ ਦਾ ਮੁਸਲਮਾਨਾਂ ਨਾਲ ਨੰਨੇ ਸੁਲਾ ਕਰ ਲਈ ਸੀ ਹੂੰ ਪੰਚਾਇਤਾਂ ਬਾੜ ਮੜ ਕੇ ਚੜ ਗਿਆ ਸੀ ਕਿ ਜੀ ਤੁਸੀਂ ਸਾਨੂੰ ਨਹੀਂ ਮਾਰਨਾ ਸੀ ਤੇ ਹਨ ਨਹੀਂ ਮਾਰਨਾ ਤੁਸੀਂ ਆਪਣੇ ਘਰ ਦਾ ਵਾਦਾ ਘਾਟਾ ਉਹਦਾ ਅਸੀਂ ਕਰ ਲਾਂਗੇ ਠੀਕ ਹੈ ਜਦੋਂ ਫਿਰ ਬਰਤਾਨੀਆਂ ਦਾ ਜਿਹੜਾ ਸਿੱਖ ਕੇ ਹਮਜਾਬ ਹੋ ਗਿਆ ਪੂਰੇ ਹੋ ਗਿਆ ਤਾਂ ਫਿਰ ਸਿੱਖਾ ਜਿਹੜਾ ਸੀ ਠੀਕ ਹੈ ਫਿਰ ਹੁਲਤੇ ਹੋ ਗਿਆ ਠੀਕ ਹੈ ਬਾਬਾ ਜੀ ਦੱਸੋ ਉਹ ਜਲੂਸਾਂ ਦੀ ਗੱਲ ਤੁਸੀਂ ਵਿੱਚ ਰਹਿ ਗਈ ਆਪਣੀ ਜਿਹੜੀ ਜਲੂਸ ਕੱਢਦੇ ਸੀ ਮੁਕਾਬਲਾ ਹੋ ਗਿਆ ਉਹ ਕੀ ਸੀ ਗੱਲ ਉਹ ਮੁਕਾਬਲਾ ਇਹ ਹੋਇਆ ਜੀ ਹੂੰ ਜਿਹੜੇ ਉਥੇ ਪੁਲਿਸ ਖੜੀ ਸੀ ਰੇਡ ਖੜੀ ਸੀ ਹਾਂ ਕਾਲੇ ਮੁੰਡੇ ਚਲੇ ਗਏ ਹਾਂ ਕਾਲੇ ਮੁੰਡੇ ਜਾ ਕੇ ਉਥੇ ਨਾਲਾ ਲੈ ਡੀਐਸਪੀ ਕੁੱਤੇ ਦਾ ਜੀ ਇਹ ਜਲੰਧਰ ਦੀ ਗੱਲ ਕਰ ਰਹੇ ਹੋ ਜਲੰਧਰ ਜੀ ਆਰੀਆ ਸਕੂਲ ਦੇ ਵਿੱਚ ਜਦੋਂ ਤੁਸੀਂ ਹੁੰਦੇ ਸੀ ਹਾਂਜੀ ਇਹ ਇਹ ਤਹਿਸੀਲ ਦੀ ਗੱਲ ਕਰਦੇ ਜਿਹੜੇ ਤਹਿਸੀਲ ਦੇ ਵਿੱਚ ਇਹ ਮੁਕਾਬਲਾ ਹੋਇਆ ਸਾਡੇ ਨਾਲ ਅੱਛਾ ਜੀ ਬੀਸੀ ਦੀ ਕੋਠੀ ਦੇ ਸਾਹਮਣੇ ਮੁਕਾਬਲਾ ਹੋਇਆ ਅੱਛਾ ਜੀ ਉਥੇ ਉਥੇ ਬਲਾਹਾ ਦਾ ਨਰਾਂ ਦੇ ਨੀਅਤ ਬੇਕੁਦਰਾਂ ਬੀ ਹਾਂ ਤਾ ਉਹ ਜਰਾ ਨਾਲ ਸਗਾ ਇਨਸਟ੍ਰਕਟਰ ਸਿੱਖ ਉਹਨੂੰ ਪੁੱਛਿਆ ਗਿਆ ਲੰਗੇ ਹੁੰਦਾ ਉਹਨੇ ਕਹਿੰਨਾ ਲਾਠ ਜਾਰੀ ਕਰ ਦਿਓ ਹਾਂ ਲਾਠ ਜਾਰੀ ਕਰ ਦਿਓ ਉਹਨਾਂ ਦੇ ਉਹ ਲਾਠ ਜਾਰੀ ਕਰਦਾ ਅੱਜ ਜਿਹੜੀਆਂ ਸਾਡੀਆਂ ਬੁੜੀਆਂ ਮੁਸਲਮਾਨਾਂ ਦੇ ਉੱਤੇ ਬੈਠੀਆਂ ਸੀ ਉਹਨਾਂ ਇੱਟਾਂ ਮਾਰ ਦਿੱਤੀਆਂ ਉਹ ਜਦ ਸਪਾਈ ਸਾਰੇ ਭੱਜ ਗਏ ਇੱਟਾਂ ਸਿਰ ਤੇ ਲੱਗਿਆ ਜਦ ਕੋਈ ਗਲੀ ਹੋਈ ਕੋਈ ਦੇਖੋ ਕੋਈ ਭੱਜ ਗਿਆ ਤਾਨੂੰ ਫੌਜ ਆ ਗਈ ਏ ਅੱਛੇ ਜੀ ਫੌਜ ਨੇ ਟੈਲੀਫੋਨ ਕਰ ਦਿੱਤਾ ਬਈ ਐਸੇ ਜਿਹੜਾ ਉਹ ਚਾਹਦਾ ਨੁਕਸਾਨ ਬਹੁਤ ਕਰਨਾ ਤਾਂ ਫੌਜ ਆ ਜਾਏ ਫੌਜ ਆ ਗਈ ਜਿਸ ਨੇ ਫੌਜ ਆਈ ਜਿਹਦਾ ਉਹ ਕੈਪਟਨ ਸੀ ਉਹ ਸਾਡਾ ਰਿਸ਼ਤੇਦਾਰ ਹੈ ਉਹ ਸਾਨੇ ਉਹਦੇ ਦੇਖ ਕੇ ਫੌਜ ਨੂੰ ਕਹਿਣ ਲੱਗਾ ਜਾ ਓਏ ਤੁਸੀਂ ਅੱਗੇ ਮੇਰੇ ਬੰਦੇ ਆ ਗਏ ਮੈਂ ਮੈਂ ਇਹਨਾਂ ਨੂੰ ਲਿਆਉਂਦਾ ਹਾਂ ਹਾਂ ਉਹ ਆਇਆ ਆ ਕੇ ਸਾਨੂੰ ਕਹਿਣ ਲੱਗਾ ਘਰ ਬਣ ਨਾ ਪਾਇਓ ਹਾਂ ਤੁਸੀਂ ਇੱਦਾਂ ਜਰੂਰ ਸਾਨੂੰ ਲੈ ਕੇ ਤਾਂ ਨਿਕਲ ਜਾਓ ਹਾਂ ਹੋਰ ਗੱਡੀਆਂ ਨਾਲ ਗੱਡੀਆਂ ਭਰ ਕੇ ਨਾ ਤੇ ਤੁਹਾਨੂੰ ਕਿਸੇ ਮੁਲਕ ਚ ਛੱਡ ਦੇਣਗੇ ਨਿਕਲ ਜਾਓ ਥੋ ਅਤੇ ਬੇਜਰੂਸ ਜਿਹੜਾ ਸੀ ਕਹਿੰਦਾ ਜੀ ਲੈ ਕੇ ਆਦਾ ਉਧਰ ਹੋ ਉਧਰ ਹੀ ਹੋ ਕੇ ਅਸੀਂ ਆ ਕੇ ਜਾਂਦੇ ਬਾਹਰ ਹੋ ਇਕੱਠੇ ਹੋਵੇ ਕਾਪ ਆਪਣੇ ਘਰੀ ਜਾ ਬਣ ਇਹ ਜਲੂਸ ਨਿਕਲਿਆ ਕਿਉਂ ਸੀ ਜੀ ਜਰੂਰ ਸਾਡੀ ਕੱਢਦਾ ਸੀਗਾ ਵੈਸੇ ਦੇਖੇ ਰਹਾਂਗੇ ਪਾਕਿਸਤਾਨ ਅੱਛਾ ਹਾਂ ਜੀ ਪਾਕਿਸਤਾਨ ਦਾ ਮੁਸਲਮ ਲੀਗ ਦਾ ਦਾ ਮੁਸਲਮ ਲੀਗ ਦਾ ਜਲੂਸ ਸੀ ਮੁਸਲਮ ਲੀਗ ਦਾ ਜਲੂਸ ਸੀ ਹਾਂ ਜੀ ਉਹਦੇ ਵਿੱਚ ਫਿਰ ਉਹ ਡੀਐਸਪੀ ਨੂੰ ਗਾਲ੍ਹਾਂ ਕੱਢਦੀਆਂ ਹਾਂ ਜੀ ਐਸਪੀ ਨੂੰ ਗਾਲ੍ਹਾਂ ਕੱਢੀਆ ਸੀ ਹਾਂ ਡੀਐਸਪੀ ਕੁੱਤਾ ਨਹੀਂ ਇਹ ਜਲੂਸ ਕਿੰਨਾ ਅਰਸਾ ਪਹਿਲੇ ਨਿਕਲਣ ਲੱਗ ਪਿਆ ਸੀ ਕਿੰਨੇ ਮਹੀਨੇ ਪਹਿਲੇ 8000 ਰੁਪਏ ਪਹਿਲੇ ਨਿਕਲਦਾ ਪੈਸੇ ਜੀ ਆ ਬੰਡ ਹੋਣ ਤੋਂ ਬੰਡ ਹੋਣ ਤੋਂ 8-9 ਦਿਨ ਪਹਿਲੇ ਆ ਠੀਕ ਹੈ ਠੀਕ ਹੈ ਤੁਹਾਡੇ ਜ਼ਿਹਨ 'ਚ ਹੈ ਸੀ ਵੀ ਪਾਕਿਸਤਾਨ ਕਿੱਥੇ ਬਣੇਗਾ ਉਹਦੇ 'ਚ ਕਿਹੜਾ-ਕਿਹੜਾ ਇਲਾਕਾ ਸਾਡੇ ਜ਼ਿਹਨ ਦੇ ਵਿੱਚ ਜੋ ਕੋਈ ਸਗਾਣਾ ਜੀ ਉਹ ਮੈਂ ਦੱਸਦਾ ਹੁਣ ਮੈਂ ਤੁਹਾਡੇ ਉਹ ਆਪਣੇ ਜ਼ਿਹਨ ਦਾ ਯਾਰ ਕਰਨ ਲੱਗਾ ਹੂੰ ਠੀਕ ਹੈ ਸਾਡੇ ਇਹ ਸੀ ਬੜਾ ਹੱਦਲਾ ਦਿਲੰਬਰ ਆ ਹੂੰ ਫਲੋਰ ਹੱਦ ਬਣ ਲਈ ਆ ਅੱਛਾ ਸਾਡੇ ਪਾਕਿਸਤਾਨ ਦੀ ਹੱਦ ਜਿਹੜੀ ਬਡਾਈ ਦੇ ਵਿੱਚ ਆ ਕੇ ਲਾਹੌਰ ਬਣ ਲਈ ਆ ਫਲੋਰ ਬਣ ਲਈ ਆ ਜੀ ਹਾਂ ਜਿਹੜਾ ਬੈਸਰਾ ਹਿੰਦੂ ਸੀ ਇੱਥੇ ਹਾਂ ਜਿਹਨੇ ਤਕਸੀਮ ਕਰਦਾ ਸੀ ਹਾਂ ਉਹਨੇ ਬਾਬੇ ਨੂੰ ਮੁਹੰਮਦ ਜੀ ਜਨਾ ਨੂੰ ਕਿਹਾ ਕਿ ਮੈਨੂੰ ਤੂੰ ਆਪਣੀ ਫੌਜ ਦਾ ਗਵਰਨਰ ਰੱਖਣਾ ਠੀਕ ਹੈ ਜੀ ਬਾਬੇ ਉਹਨਾਂ ਨੇ ਕਿਹਾ ਮੈਂ ਨਹੀਂ ਰੱਖਣਾ ਹਾਂ ਹਿੰਦੂ ਕਾਮਯਾਬੀਆ ਸਿਆਸਤ ਵਾਲੀ ਆ ਉਹਨਾਂ ਦਾ ਖਲਿਆ ਠੀਕ ਹੈ ਜਿਵੇਂ ਉਹਨਾਂ ਰੱਖ ਲਿਆ ਹੂੰ ਉਹਨੇ ਕਿਹਾ ਮੈਂ ਹੁਣ ਕੱਲ ਨੂੰ ਮੈਂ ਹੱਦਵਾਰੀ ਕਰਨੀ ਹੈ ਅੱਛਾ ਜਦ ਇਹ ਹੱਦਵਾਰੀ ਕੀਤੀ ਉਹ ਬਜਾਇ ਖਦੌਰ ਦੀ ਹਾਂ ਅਟਾਦੀ ਸ਼ਾਮਸਨ ਲਾਹੌਰ ਅੱਛੇ ਜੀ ਹੱਦ ਹੋ ਗਈ ਕੱਟਿਆ ਗਿਆ ਪੰਦਾ 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 ਪਾਸਾ ਕੱਟਿਆ ਗਿਆ ਅੱਛਾ ਤੁਹਾਨੂੰ ਪਤਾ ਲੱਗਾ ਇਹ ਜੀ ਜੀ ਤੇਰਾ ਸਮਝ ਗਿਆ ਓ ਤੁਸੀਂ ਹਾਂਜੀ ਹਾਂਜੀ ਮੈਂ ਸਮਝ ਗਿਆ ਇਹ ਜਿਹੜਾ ਪੌjda ਸਿਆ ਰੱਖਣਾ ਹੁੰਦਾ ਬ੍ਰਿਗੇ ਬ੍ਰਿਗੇਡੀਆਂ ਦੇ ਕਪਤਾਨਾਂ ਅੰਗਰੇਜ਼ੀ ਉਹ ਕਹਿੰਦਾ ਸੀ ਅੰਗਰੇਜ਼ੀ ਕਹਿੰਦਾ ਸੀ ਮੇਰਾ ਇਸ ਤਰੀਖ ਦੇ ਵਿੱਚ ਨਾਮ ਪੈ ਜਾਏ ਉਹ ਨਾਮ ਪਾਉਣ ਨੂੰ ਆਪਣਾ ਇਹ ਲੈਂਦਾ ਸੀ ਕਹੋ ਜੇ ਪਾਕਿਸਤਾਨ ਦੀ ਫੌਜ ਚ ਰੱਖ ਲਾਂ ਤਾਂ ਮੈਂ ਇੱਥੇ ਤਰੀਖ ਤੇ ਆਪਣਾ ਨਾਮ ਬੋਲਣਾ ਹਿੰਦਸਤਾਨ ਦਾ ਰੱਖ ਲੈ ਹਿੰਦਸਤਾਨ ਬੋਲ ਦੇਣਾ ਠੀਕ ਹੈ ਬਾਬਾ ਜੀ ਇਹ ਦੱਸੋ ਕਦੇ ਆਪਣਾ ਪਿੰਡ ਯਾਦ ਆਉਂਦਾ ਸਲੇਮਪੁਰ ਬਾਬਾ ਜੀ ਕਿੰਨਾ ਕਉਂਦਾ ਖواب ਖواب ਚ ਰਹਿ ਬਈ ਆਇਆ ਜੀ ਅੱਛਾ हां बियुर विजंदर बादरिया गा तो मामला असरदीन आ जी हां विजंदर शहर ਦੇ ਵਿੱਚ हां ਮਜ਼ਾਰ ਹੈ ਪਹਿਲੇ ਤੋਂ हां ਠੀਕ ਆ ਮਾ ਮਾ ਅੰਦਰ ਅਸਰਦੀਨ ਐ ਨਾਲ ਵਿੱਚ ਹੈ ਜੀ ਭਾਗਪਤਨ ਵਾਲਿਆਂ ਦੇ ਠੀਕ ਹੈ ਠੀਕ ਹੈ ਤੇ ਬਾਬਾ ਜੀ ਕਦੇ ਕੋਈ ਮੌਕਾ ਮਿਲੇ ਹੁਣ ਵੀ ਚਲੋ ਜੀ ਸਲੇਮਪੁਰ ਵਖਾ ਕੇ ਲਿਆਣੇ ਆ ਤੁਹਾਨੂੰ ਮੈਂ ਜੋ ਸਲੇਮਪੁਰ ਦਿਖਾਉਗਾ ਮੈਂ ਨਿਸ਼ਾਨ ਦੇ ਦਵਾਂਗਾ ਇੱਥੇ ਤੱਕ ਮੇਰੇ ਜਨ ਤਾਈਏ ਮੈਂ ਨਿਸ਼ਾਨ ਦੇ ਦਵਾਂ ਤੇਰੇ ਪਹੁੰਚੋਗੇ ਹਾਂ ਜਿਵੇਂ ਕਤਾਰ ਪਰ ਨਾ ਨਹੀਂ ਮੰਗਾ ਦੇ ਹਾਂ ਸੁਦਾ ਨੂੰ ਸਟੇਸ਼ਨ ਤੇ ਪਹੁੰਚਾਂਗੇ ਹਾਂ ਇੱਥੇ ਇੱਕ ਬਾਬੂ ਜਵਾਰ ਹੁੰਦਾ ਸੀਗਾ ਜੀ ਉਹ ਹੁਣ ਪਿੰਡੇ ਹੀ ਆ ਉਹ ਅੰਬਾ ਦੀਆਂ ਫੱਟੀਆਂ ਤਖਤੀਆਂ ਬਣਾਉਂਦਾ ਹੁੰਦਾ ਸੀ ਆ ਬੱਚਿਆਂ ਦੀ ਉਹ ਤਖਤੀਆਂ ਦਾ ਬਹੁਤ ਰਵਾਜ ਹੁੰਦਾ ਜਿਸ ਤੇ ਇਟਾ ਬਣਾਉਣੀਆਂ ਪੱਥਰ ਦੀਆਂ ਤਖਤੀਆਂ ਬਣਾਉਣੀਆਂ ਅੱਛਾ ਉਹ ਇੱਥੇ ਨਸੀ ਸੁਰੇ ਮਸ਼ੀਨ ਲਾ ਇੰਜਣ ਲਾਇਆ ਸੀ ਫੈਕਟਰੀ ਬਣਾਈ ਹੋਈ ਸੀ ਕਿਹੜੀ ਜਗ੍ਹਾ ਨਸੀ ਸੁਰੇ ਹਾਂ ਸਟੇਸ਼ਨ ਸੀਗਾ ਨਸੀ ਸੁਰਾ ਨਸੀ ਸੁਰਾ ਅੱਛਾ ਜੀ ਇਹ ਲੈਨ ਚ ਲਾਹੌਰ ਨੂੰ ਆਉਂਦੀ ਜਿਹੜੀ ਲੈਨ ਇਹ ਤੇ ਠੀਕ ਹੈ ਉਹਦੇ ਨਾਲ ਸੀ ਉਹ ਉੱਥੇ ਨੇ ਬਣਾਇਆ ਸੀਗਾ ਜੀ ਠੀਕ ਹੈ ਤੇ ਬਾਬਾ ਜੀ ਜੇ ਤੁਹਾਨੂੰ ਲੈ ਕੇ ਜਾਈਏ ਸਲੇਮਪੁਰਾ ਹਾਂ ਤੇ ਘਰ ਲੱਭ ਲੋਗੇ ਆਪਣਾ ਨਕਸ਼ੇ ਬਦਲਤੇ ਹੋਣੇ ਆ ਹਾਂ ਨਕਸ਼ੇ ਬਦਲਤੇ ਹੋਣੇ ਆ ਬਿਲਕੁਲ ਆਗਾ ਇਹ ਰਾਜ ਲਊਗਾ ਹਾਂ ਤੇ ਜੇ ਅੰਦਰ ਜਾ ਕੇ ਮੈਨੂੰ ਛੱਡ ਦੇਓਗੇ ਨਾ ਹਾਂ ਹਲਦੇ ਮਾਮਲੇ ਅੱਜ ਦਿਨ ਦੇ ਛੱਡ ਦੇਓਗੇ ਹਾਂ ਉੱਥੋਂ ਸਿੱਧਾ ਘਰ ਨੂੰ ਆ ਜਾਊਂਗਾ ਅੱਛਾ ਹਾਂ ਠੀਕ ਹੈ ਠੀਕ ਅੱਗੇ ਬਾਬਾ ਜੀ ਸ਼ਾਹ ਦਰਬਾਰ ਆਉਣਾ ਉੱਥੇ ਦਰਬਾਰ ਤੇ ਆ ਜਾਊਂਗਾ ਬਿਲਕੁਲ ਠੀਕ ਹੈ ਹਾਂ ਠੀਕ ਹੈ ਬਾਬਾ ਜੀ ਤੁਹਾਡੇ ਨਾਲ ਗੱਲਾਂ ਕਰਕੇ ਸਾਨੂੰ ਬਹੁਤ ਚੰਗਾ ਲੱਗਿਆ ਔਰ ਤੁਹਾਡੀਆਂ ਉਹ ਪੂਰੀਆਂ ਯਾਦਾਂ ਅਸੀਂ ਮਹਿਫੂਜ਼ ਕਰ ਲਈਆਂ ਇਹ ਹੁਣ ਮੈਂ ਵੀਡੀਓ ਬਣਾ ਕੇ ਤੇ ਪਾ ਦੂੰਗਾ ਨੈਟ ਤੇ ਪੂਰੀ ਦੁਨੀਆ ਦੇਖੇਗੀ ਜੀ ਇਹ ਤੁਹਾਡੇ ਪਿੰਡ ਸਲੇਮਪੁਰ ਵਾਲਿਆਂ ਨੇ ਵੇਖਣੀ ਹੈ ਹਾਂਜੀ ਉਹ ਜਿਹਨੇ ਨਾਲ ਸਿੱਖਾਂ ਦੀ ਤੁਸੀਂ ਗੱਲ ਕੀਤੀ ਨਾਲ ਦੇ ਆੜਦਵਾਲੇ ਦੇ ਪਿੰਡਾਂ ਦੀ ਹਾਂਜੀ ਉਹਨਾਂ ਦੇ ਮੁੰਡਿਆਂ ਨੇ ਵੇਖਣੀ ਐ ਹਾਂਜੀ ਜੇ ਤੁਹਾਡਾ ਕੋਈ ਹਾਨ ਦਾ ਹੋਇਆ ਤਾਂ ਉਹਨੂੰ ਬਖਾਵਣਗੇ ਹਾਂ ਠੀਕ ਐ ਬਾਬਾ ਜੀ